ਸਤਿ ਸ਼੍ਰੀ ਅਕਾਲ ਦੋਸਤੋ, ਸਾਡੇ ਨਾਲ ਜਿਹੜੇ ਸੱਜਣ ਸਾਨੂੰ ਇਸ ਸਮੇਂ ਦਿਖਾਈ ਦੇ ਰਹੇ ਨੇ, ਤੁਹਾਡੇ ਜਾਣੇ ਪਛਾਣੇ ਚਿਹਰੇ ਨੇ, ਸਰਦਾਰ ਅਮਰਦੀਪ ਸਿੰਘ ਧਾਰਨੀ। ਕਹਿਣ ਦੀ ਲੋੜ ਨਹੀਂ ਕਿ ਜਾਣੇ ਪਹਿਚਾਣੇ ਵਕੀਲ ਨੇ, ਪਰ ਨਾਲ ਇਹ ਜਿਹੜਾ ਇਹ ਕੰਮ ਕਰਦੇ ਨੇ, ਉਹ ਜਿਹੜਾ ਸਾਡਾ ਸੱਭਿਆਚਾਰਕ ਫਰੰਟ ਹੈ ਉਸ 'ਤੇ ਵੀ ਕੰਮ ਕਰਦੇ ਨੇ ਇਹ। ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਪੰਜਾਬੀ ਗਾਇਕੀ ਬਾਰੇ ਬੜੇ ਸਵਾਲ ਉੱਠਦੇ ਨੇ, ਇਸੇ ਬਾਰੇ ਅੱਜ ਉਹਨਾਂ ਨਾਲ ਗੱਲ ਕਰਾਂਗੇ। ਧਾਰਨੀ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਧਾਰਨੀ ਸਾਹਿਬ, ਪੰਜਾਬੀ ਗਾਇਕੀ ਇਸ ਸਮੇਂ ਕਿੱਥੇ ਖੜੀ ਹੈ? ਬੜਾ ਕਮਾਲ ਦਾ ਸਵਾਲ ਕਰਿਆ। ਮੇਰੀ ਜਿੱਥੋਂ ਤੱਕ ਸਮਝ ਹੈਗੀ ਆ ਕਿ ਪੰਜਾਬੀ ਗਾਇਕੀ ਕਿਤੇ ਵੀ ਨਹੀਂ ਖੜੀ। ਜੇ ਤਾਂ ਤੁਸੀਂ ਸੱਭਿਆਚਾਰ ਦੀ ਗੱਲ ਕਰੋ ਤਾਂ ਸੱਭਿਆਚਾਰ ਮਤਲਬ ਨਿਕੰਮਾ ਔਰ ਸਿਰੇ ਦਾ ਜਿਹੜਾ ਹੈਗਾ ਥੱਲੇ ਸਤਰ ਦਾ ਸੱਭਿਆਚਾਰ ਜਿਹੜਾ ਹੈਗਾ ਅੱਜ ਪੰਜਾਬੀ ਗਾਇਕੀ ਦਾ ਹੋਇਆ ਪਿਆ। ਮੈਂ ਇਹ ਨਹੀਂ ਕਹਿੰਦਾ ਕਿ ਅੱਜ ਹੋਇਆ ਵਾ, ਇਹ ਸ਼ੁਰੂ ਤੋਂ ਹੀ ਹੋਇਆ ਵਾ। ਮੈਂ ਦੱਸਦਾ ਜੀ ਕਿ ਜਦੋਂ ਵੀ ਦੇਖੋ, ਮੈਂ ਨਾ ਮੇਰਾ ਬੜਾ ਸੱਭਿਆਚਾਰ ਦੇ ਨਾਲ ਤਲਕ ਰਿਹਾ। ਮੈਂ ਉਸ ਚੀਜ਼ ਨੂੰ ਵੀ ਜਾਣਦਾ ਕਿ ਮਿਰਜ਼ਾ ਮੁਜਰੇ ਦੇ ਚਿੱਠੇ, ਉਸ 'ਤੇ ਵੀ ਬਹੁਤ ਸਾਰੇ ਗੱਲਾਂ ਹੋਈਆਂ। ਅਤੇ ਇੱਕ ਟਾਈਮ ਸੀ, ਇਹ ਪੰਜਾਬੀ ਗਾਇਕੀ ਹੈ ਨਾ ਜਿਹੜੀ ਇੱਕ ਵਹਿਣ ਦੇ ਵਿੱਚ ਬਹਿ ਕੇ ਜਿਹੜੀ ਹੈਗੀ ਆ, ਹਮੇਸ਼ਾ ਬਹਿਦੀ ਰਹਿੰਦੀ ਹੈਗੀ ਆ। ਉਸ ਵਹਿਣ ਦੇ ਵਿੱਚ ਇਹਨਾਂ ਨੇ ਕਦੇ ਨਹੀਂ ਸੋਚਿਆ ਕਿ ਅਸੀਂ ਸੇਧ ਕੀ ਦੇ ਰਹੇ ਹੈਗੇ ਕਿਸੇ ਨੂੰ। ਇਹਨਾਂ ਨੇ ਸਿਰਫ ਇਹ ਸੋਚਿਆ ਕਿ ਸਾਡਾ ਸੌਦਾ ਵਿਕ ਕਿਵੇਂ ਰਿਹਾ। ਤੁਹਾਡੇ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੀ ਪੰਜਾਬੀ ਗਾਇਕੀ ਹੈ ਹੁਣ ਦੀ, ਇਹ ਸਿਰਫ ਆਪਣਾ ਸੌਦਾ ਵੇਚਣ ਤੱਕ ਬਿਲਕੁਲ ਸੌਦਾ ਵੇਚ ਰਹੀ ਹੈ। ਮੈਂ ਤੁਹਾਨੂੰ ਇਹਦਾ ਬਿਲਕੁਲ ਉਦਾਹਰਣ ਦਿੰਦਾ। ਤੁਸੀਂ ਦੇਖੋ, ਟਾਈਮ ਟੂ ਟਾਈਮ ਦੇਖ ਲਓ। ਇੱਕ ਟਾਈਮ ਉਹ ਸੀ ਜਦੋਂ ਸਿਰਫ ਦਿਓਰ ਭਰਜਾਈ ਦੀ ਹੀ ਗੱਲ ਹੁੰਦੀ ਸੀ ਔਰ ਗਾਣਿਆਂ ਦੇ ਵਿੱਚ ਬੈਠ ਕੇ ਜਿਹੜਾ ਹੈਗਾ ਤੁਸੀਂ ਸੁਣਦੇ ਸੀ, ਪਿੰਡਾਂ ਦੇ ਵਿੱਚ ਅਖਾੜੇ ਲੱਗਦੇ ਹੁੰਦੇ ਸੀ। ਉਹਨਾਂ ਟਾਈਮਾਂ ਦੇ ਵਿੱਚ ਲੋਕਾਂ ਨੇ ਜਿਹੜਾ ਹੈਗਾ ਕੋਠਿਆਂ ਪਰ ਚੜ੍ਹ ਕੇ ਜਨਾਨੀਆਂ ਨੇ ਲੋਕ ਕੇ ਸੁਣਨਾ। ਔਰ ਤੁਸੀਂ ਦੇਖੋ ਹੈਰਾਨੀ ਦੀ ਗੱਲ, ਮੈਂ ਉਸ ਟਾਈਮ ਸੋਚਦਾ ਹੁੰਦਾ ਸੀ ਵੀ ਅਸੀਂ ਕਦੇ ਆਪਣੀ ਭਰਜਾਈ ਨੂੰ ਮਾਂ ਤੋਂ ਘੱਟ ਸਮਝੇ ਹੀ ਨਹੀਂ। ਬਿਲਕੁਲ, ਇਹਨਾਂ ਨੇ ਲੋਕਾਂ ਨੇ ਭਰਜਾਈ ਨੂੰ ਇੱਕ ਐਸੀ ਚੀਜ਼ ਬਣਾ ਕੇ ਚੁਰਾਹੇ ਦੇ ਵਿੱਚ ਖੜੀ ਕਰਤਾ ਕਿ ਮਤਲਬ ਉਹ ਹਰ ਬੰਦੇ ਦਾ ਜਿਹੜਾ ਹੈਗਾ ਤੁਸੀਂ ਕਹਿੰਦੇ ਆ ਕਿ ਉਹਨੂੰ ਇੱਕ ਸੋਚਣ ਲਈ ਪਾਸੇ ਨੂੰ ਮਜਬੂਰ ਕਰਤਾ। ਮਤਲਬ ਕਿਹੜੀ ਮਾਂ ਮਾਂ ਪਤਾ ਨਹੀਂ ਕੀ ਕੁਛ ਬਣਾ। ਬਿਲਕੁਲ ਬਿਲਕੁਲ। ਦੂਜਾ ਟਾਈਮ ਉਹ ਆਇਆ ਜਦੋਂ ਇਹਨਾਂ ਨੇ ਜੱਟ ਹੈ ਜਿਹੜਾ ਉਹ ਬੇਚਾਰਾ ਖੁਦਕੁਸ਼ੀਆਂ ਕਰ ਰਿਹਾ, ਮਰ ਰਿਹਾ ਹਨਾ, ਉਹਦੇ ਨਿਆਣੇ ਪੜ੍ਹ ਨਹੀਂ ਰਹੇ ਹਨਾ, ਦਵਾਈਆਂ ਦੇ ਜਿਹੜਾ ਹੈਗਾ ਕੈਂਸਰ ਦੀ ਜਿਹੜਾ ਹੈਗਾ ਪੀੜਿਤ ਹੈਗਾ, ਉਹਨੂੰ 100 ਬਿਮਾਰੀਆਂ, ਬੱਚੇ ਜਿਹੜੇ ਹੈਗੇ ਆ ਪਿੱਛੇ ਜਾ ਰਹੇ ਹੈਗੇ ਆ। ਇਹਨਾਂ ਨੇ ਉਹ ਜੱਟ ਦੇ ਹੱਥ ਦੇ ਵਿੱਚ ਜੱਟ ਦਾ ਮੁਕਾਬਲਾ ਕਰਨੀ ਕਿਹਦੇ ਨਾਲ, ਇਹੀ ਜੀ ਚੀਜ਼ ਬਣਾ ਕੇ ਰੱਖਦੀ। ਮਤਲਬ ਕਿ ਜੱਟ ਦਾ ਮਾਮਾ, ਜੱਟ ਦਾ ਪਜਾਮਾ, ਪਜਾਮਾ ਕੁਛ ਨਹੀਂ ਛੱਡਿਆ। ਉਸ ਤੋਂ ਬਾਅਦ ਆ ਗਿਆ ਹਥਿਆਰਾਂ ਦਾ ਦੌਰ। ਮੈਨੂੰ ਦੱਸ ਦਿਓ ਤੁਸੀਂ, ਅੱਜ ਕੋਰਟ ਦੇ ਪ੍ਰਿੰਸਿਪਲ ਦੇ ਵਿੱਚ ਬੈਠਿਆ, ਕਿੰਨੇ ਬੰਦਿਆਂ ਕੋਲ ਤੁਸੀਂ ਹਥਿਆਰ ਦੇਖਿਆ? ਔਰ ਜਿਸ ਹਿਸਾਬ ਨਾਲ ਹਥਿਆਰ ਚਲਾਉਂਦੇ ਦਿਖਾਉਂਦੇ ਹੈਗੇ ਆ, ਜਿਸ ਹਿਸਾਬ ਦੇ ਨਾਲ ਪ੍ਰਦਰਸ਼ਨ ਕੀਤਾ ਜਾਂਦਾ ਹੈਗਾ, ਉਸੇ ਤਰ੍ਹਾਂ ਉਹ ਕੁੜੀਆਂ ਵੀ ਆਹੀ ਕੁਛ ਜਿਹੜਾ ਹੈਗਾ ਗਾਉਣ ਵਾਲੀਆਂ ਕਰਦੀਆਂ ਹੈਗੀਆਂ। ਹੁਣ ਮੈਂ ਇਹਦੀ ਤੁਹਾਨੂੰ ਇੱਕ ਮੋਟੀ ਜਿਹੀ ਮਿਸਾਲ ਛੋਟੀ ਜਿਹੀ ਦਿੰਦਾ ਹੈਗਾ ਕਿ ਇੱਕ ਫਿਲਮ ਆਈ ਉੜਤਾ ਪੰਜਾਬ। ਉਸ ਉੜਤਾ ਪੰਜਾਬ ਫਿਲਮ ਦੇ ਵਿੱਚ ਇੱਕ ਜਿਹੜੀ ਸਾਰੀ ਸਟੋਰੀ ਹੈਗੀ ਹੈ ਉਹ ਪੰਜਾਬ ਦੀਆਂ ਜਿਹੜੀਆਂ ਬੁਰਾਈਆਂ ਹੈਗੀਆਂ ਉਸ ਦੇ ਆਲੇ ਦੁਆਲੇ ਘੁੰਮਦੀ ਹੈ ਜੀ। ਔਰ ਉਹ ਬੁਰਾਈ ਦੇ ਵਿੱਚ ਜਿਹੜਾ ਉੱਥੇ ਹੀਰੋ ਹੈਗਾ ਉਹ ਹੈਗਾ ਸ਼ਾਹਿਦ ਕਪੂਰ। ਸ਼ਾਹਿਦ ਕਪੂਰ ਇੱਕ ਗਾਇਕ ਹੈਗਾ ਜਿਹਨੂੰ ਲੋਕ ਫੋਲੋ ਕਰਦੇ ਆ, ਯੂਥ ਫੋਲੋ ਕਰਦੀ ਆ। ਉਹ ਨਸ਼ੇੜੀ ਹੁੰਦਾ ਹੈਗਾ, ਉਹ ਡਰੱਗ ਲੈਂਦਾ ਹੈਗਾ, ਉਹਨੂੰ ਦੇਖ ਕੇ ਜਿਹੜੇ ਜਵਾਕ ਆ ਉਹ ਵੀ ਡਰੱਗ ਲੈਂਦੇ ਹੈਗੇ। ਉਹ ਜਿਹੋ ਜਿਹੇ ਕੱਪੜੇ ਪਾਉਂਦਾ ਉਹੋ ਜਿਹੇ ਉਹ ਕੱਪੜੇ ਪਾਉਣ ਦੀ ਕੋਸ਼ਿਸ਼ ਕਰਦੇ। ਤੁਸੀਂ ਬਾਅਦ ਦੇ ਵਿੱਚ ਦੇਖਿਆ ਹੋਣਾ ਉਹ ਇੱਥੇ ਨਾ ਗਾਜੀ ਜੀ ਕਢਾ ਕੇ ਇੱਥੇ ਇੱਕ ਐਡਾ ਭੱਦਾ ਸ਼ਬਦ ਜਿਹੜਾ ਅਸੀਂ ਘਟੀਆ ਤੋਂ ਘਟੀਆ ਬੰਦੇ ਲਈ ਯੂਜ਼ ਕਰਦੇ ਹਾਂ ਉਹ ਲਿਖਾ ਲੈਂਦਾ। ਸਾਡੀ ਯੂਥ ਉਹੀ ਕੁਛ ਆਪਣੇ ਸਿਰਾਂ 'ਤੇ ਲਿਖਾਈ ਫਿਰਦੀ ਹੈ। ਜਾਣੀ ਸਾਡਾ ਪੱਧਰ ਹੈ ਜਿਹੜਾ ਅਸੀਂ ਕਿਸੇ ਨੂੰ, ਮੈਂ ਨਾ ਤੁਹਾਨੂੰ ਸਵਾਲ ਮਿਲਿਆ ਵੀ ਦੋਸ਼ੀ ਕੌਣ ਹੈ ਇਹਦਾ? ਦੋਸ਼ੀ ਸੋਸਾਇਟੀ ਵੀ ਹੈਗੀ ਹੈ, ਦੋਸ਼ੀ ਸੈਂਸਰ ਬੋਰਡ ਜਿਹੜੇ ਅਸੀਂ ਨਿਯੁਕਤ ਕੀਤੇ ਪਏ ਹਾਂ ਉਹ ਵੀ ਹੈਗੇ ਆ, ਦੋਸ਼ੀ ਅਸੀਂ ਸੁਣਨ ਵਾਲੇ ਵੀ ਹੈਗੇ, ਸਾਰੇ ਹੀ ਹੈਗੇ। ਮੈਂ ਤੁਹਾਨੂੰ ਇੱਕ ਵਾਰੀ ਦੀ ਗੱਲ ਦੱਸਦਾ ਕਿ ਹਰ ਬੰਦੇ ਨੇ ਕਿਸ ਤਰ੍ਹਾਂ ਦਾ ਮਤਲਬ ਜਿਹੜਾ ਹੈਗਾ ਉਹਦੀ ਥਿੰਕਿੰਗ ਦਾ ਲੈਵਲ ਕੀ ਹੈਗਾ। ਥਿੰਕਿੰਗ ਦਾ ਲੈਵਲ ਤਾਂ ਸਾਡਾ ਹੈ ਨਹੀਂ। ਥਿੰਕਿੰਗ ਦਾ ਲੈਵਲ ਮੈਂ ਤੁਹਾਨੂੰ ਦੱਸਦਾ ਕਿ ਮੈਂ ਮਹਿੰਦਰਾ ਕਾਲਜ ਪਟਿਆਲਾ ਦੇ ਵਿੱਚ ਪੜ੍ਹਦਾ ਹੁੰਦਾ ਸੀ। ਮੈਂ ਆਪਣੇ ਸਾਡੇ ਪ੍ਰੋਫੈਸਰ ਸੀ ਡਾਕਟਰ ਕਿਰਪਾਲ ਸਿੰਘ ਕਸੇਲ ਜੀ, ਡਾਕਟਰ ਕਿਰਪਾਲ ਸਿੰਘ ਕਸੇਲ ਸੀ ਜਿਹੜੇ ਉਹ ਬਲਾਈਂਡ ਸੀ ਅੱਖਾਂ ਤੋਂ, ਬਹੁਤ ਸਾਰੇ ਨਾਵਲ ਲਿਖੇ। ਉਹਨਾਂ ਨੇ ਮੈਨੂੰ ਸਵਾਲ ਪੁੱਛਿਆ
ਮੈਨੂੰ ਕਹਿੰਦੇ ਵੀ ਪੰਜਾਬੀ ਦੇ ਵਿੱਚ ਜਿਹੜੀਆਂ ਕਵਿਤਾਵਾਂ ਵਗੈਰਾ ਲਿਖਣ ਵਾਲਾ ਵੀ ਕਿਹੜਾ ਸਭ ਤੋਂ ਵਧੀਆ ਰਾਈਟਰ ਹੈ ਜੀ। ਔਰ ਉਹ ਜਵਾਨੀ ਦੇ ਜੋਸ਼ ਦੇ ਵਿੱਚ ਮੈਂ ਕਿਹਾ ਜੀ ਸ਼ਿਵ ਕੁਮਾਰ ਬਟਾਲਵੀ ਅਤੇ ਉਹ ਚੁੱਪ ਕਰ ਗਏ। ਅੱਛਾ। ਅਤੇ ਮੈਂ ਉਹਨਾਂ ਨੂੰ ਬਾਅਦ ਦੇ ਵਿੱਚ ਪੁੱਛਿਆ, ਮੈਂ ਕਿਹਾ ਜੀ ਤੁਸੀਂ ਚੁੱਪ ਕਿਉਂ ਕਰ ਗਏ? ਮੇਰੇ ਨਾਲ ਬਹੁਤ ਪਿਆਰ ਸੀ ਉਹਨਾਂ ਦਾ। ਕਹਿੰਦੇ ਚੁੱਪ ਮੈਂ ਇਸ ਕਰਕੇ ਕਰ ਗਿਆ ਵੀ ਤੇਰੀ ਏਜ ਦਾ ਜਿਹੜਾ ਫੈਕਟਰ ਹੈ ਉਹ ਕੰਮ ਕਰ ਰਿਹਾ। ਮੈਂ ਕਿਹਾ ਜੀ ਕਿਵੇਂ, ਮਤਲਬ ਤੁਸੀਂ ਕਿਹਨੂੰ ਸਮਝਦੇ ਆ? ਹਾਲਾਂਕਿ ਉਹਨਾਂ ਦੇ ਬਹੁਤ ਵਧੀਆ ਸੰਬੰਧ ਅੰਮ੍ਰਿਤਾ ਪ੍ਰੀਤਮ ਨਾਲ ਨਹੀਂ ਸੀ ਜੀ, ਜਾਂ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ, ਜਾਂ ਜਿਹੜੇ ਸਮਕਾਲੀ ਦੇ, ਉਹ ਕਹਿੰਦੇ ਵੀ ਉਹਨਾਂ ਨੇ ਕਿਹਾ ਕਿ ਅੰਮ੍ਰਿਤਾ ਪ੍ਰੀਤਮ ਬਹੁਤ ਵਧੀਆ। ਮੈਂ ਕਿਹਾ ਜੀ ਉਹ ਕਿਵੇਂ? ਬਈ ਲੋਕ ਤਾਂ ਸਾਰੇ ਸ਼ਿਵ ਕੁਮਾਰ ਬਟਾਲਵੀ ਨੂੰ ਸੁਣਦੇ ਆ। ਤਾਂ ਉਹਨਾਂ ਦੇ ਸ਼ਬਦ ਮੈਨੂੰ ਅੱਜ ਵੀ ਯਾਦ ਹੈ। ਉਹ ਕਹਿੰਦੇ ਦੇਖ ਉਸਨੇ ਆਪਣੇ ਬਿਰਹਾ ਨੂੰ ਰੋਇਆ। ਅੰਮ੍ਰਿਤਾ ਪ੍ਰੀਤਮ ਨੇ ਜੇ ਲਿਖਿਆ ਤਾਂ ਉਹਨੇ ਸੁਸਾਇਟੀ ਨੂੰ ਸੇਧ ਦਿੱਤੀ ਹੈ। ਉਹਨੇ ਕਿਹਾ ਅੱਜ ਅੱਖਾਂ ਵਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਹੈਨਾ। ਉਹ ਧੀਆਂ ਭੈਣਾਂ ਦੇ ਦਰਦ ਦੀ ਗੱਲ ਕਰਕੇ ਜਿਹੜੀ ਹੈਗੀ ਆ ਲੋਕਾਂ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੀ ਹੈਗੀ ਹੈ, ਸੁਸਾਇਟੀ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦੀ ਹੈ। ਉਹ ਜਿਹੜਾ ਹੈਗਾ ਉਹ ਆਪਣੇ ਬਿਰਹਾ ਨੂੰ, ਆਪਣੇ ਪਿਆਰ ਨੂੰ ਜਿਹੜਾ ਹੈਗਾ ਰੋਂਦੀ। ਹਾਲਾਂਕਿ ਉਹਨਾਂ ਨੇ ਕਿਹਾ ਕਿ ਪੰਜਾਬੀ ਨੂੰ ਬਹੁਤ ਵੱਡੀ ਦੇਣ ਹੈ, ਉਹਦੇ ਸ਼ਬਦ ਹੈ ਜਿਹੜੇ ਬਿਰਹਾ ਨੂੰ ਬਿਰਹੜਾ ਕਰਕੇ ਬੋਲਣਾ, ਹੈਨਾ, ਉਹਦੀ ਕਿੰਨੀ ਮਿਠਾਸ ਲਿਆ ਦੇਣੀ ਉਹ ਸ਼ਬਦ ਦੇ ਵਿੱਚ। ਹਾਲਾਂਕਿ ਉਹ ਕਹਿੰਦੇ ਪੰਜਾਬੀ ਬੋਲੀ ਨੂੰ ਬੜੀ ਉਹਨਾਂ ਦੀ ਯੋਗਦਾਨ ਹੈਗਾ, ਪਰ ਨਾਲ ਜਿਹੜਾ ਪੰਜਾਬ ਬੋਲੀ ਦੇ ਨਾਲ ਨਾਲ ਸੁਸਾਇਟੀ ਨੂੰ ਸੇਧ। ਹੁਣ ਅਸੀਂ ਸਾਡੇ ਗਾਇਕ ਹੈ ਜਿਹੜੇ, ਕਿਹੜੀ ਸੇਧ ਹੈ? ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਹੜੇ ਧੀਆਂ ਭੈਣਾਂ ਦੀ ਗੱਲ ਕਰਦੇ ਸੀ ਸਾਡੇ ਗਾਇਕ ਪੰਜਾਬੀ ਦੀ, ਅੱਜ ਉਹ ਕਿੱਧਰ ਨੂੰ ਜਾ ਰਹੇ ਨੇ? ਮੈਂ ਉਹੀ ਗੱਲ ਕਰਦਾ ਨਾ, ਦੇਖੋ ਹਰ ਬੰਦਾ ਪੈਸੇ ਦੇ ਪਿੱਛੇ ਪਿਆ ਵਾ। ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਇੱਕ ਗਾਣਾ ਸਰਦਾਰ ਗੁਰਦਾਸ ਸਿੰਘ ਮਾਨ ਉਹਨਾਂ ਨੇ ਵੀ ਗਾ ਕੇ ਆਪਣੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ। ਪਰ ਲੋਕ ਸਮਝਦੇ ਹੈਗੇ ਆ ਕਿ ਇੱਕ ਟਾਈਮ ਦੇ ਉੱਤੇ ਤੁਸੀਂ ਕਹਿੰਦੇ ਜੀ ਅਸੀਂ ਪੰਜਾਬੀ ਬੋਲੀ ਦੀ ਬੜੀ ਸੇਵਾ ਕਰਦੇ ਹਾਂ, ਉਹ ਪੰਜਾਬੀ ਬੋਲੀ ਦੀ ਸੇਵਾ ਕਰਦੇ ਕਰਦੇ ਤੁਸੀਂ ਹਿੰਦੀ ਦੀ ਪ੍ਰਮੋਸ਼ਨ ਕਰ ਰਹੇ ਆ, ਪੰਜਾਬੀ ਨੂੰ ਮਾਸੀ ਦੱਸਦੇ ਹੈਗੇ ਆ, ਫਿਰ ਤੁਸੀਂ ਕੀ ਗੱਲ ਕਰਦੇ ਹੈਗੇ? ਤੁਸੀਂ ਮਤਲਬ ਉਹ ਲੱਚਰ ਗਾਇਕੀ ਦੇ ਵਿੱਚ ਗਾਲ ਕੱਢਦੇ ਹੈਗੇ ਆ, ਤੁਸੀਂ ਇਹੋ ਜਿਹੇ ਭੱਦੇ ਸ਼ਬਦ ਯੂਜ ਕਰਦੇ ਹੈਗੇ ਆ ਜਿਹੜੇ ਕਿ ਦੇਖੋ ਨਾ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਖੜੇ ਹੈਗੇ, ਇੱਕ ਬੰਦਾ ਸਟੇਜ ਦੇ ਉੱਪਰ ਗਾ ਰਿਹਾ ਹੈਗਾ ਉਹਨੂੰ ਸਾਰੇ ਫੋਲੋ ਕਰ ਰਹੇ ਹੈਗੇ, ਜੇ ਉਹੀ ਜਿਹੜਾ ਗਲਤ ਹੈਗਾ ਤਾਂ ਸੋਸਾਇਟੀ ਲੱਖਾਂ ਪਤਾ ਕਿੱਧਰ ਨੂੰ ਜਾਊ? ਅੱਛਾ, ਹਮੇਸ਼ਾ ਦੋ ਧਾਰਾਵਾਂ ਚੱਲਦੀਆਂ ਹੁੰਦੀਆਂ ਨੇ ਹਰ ਸੋਸਾਇਟੀ ਦੇ ਵਿੱਚ, ਹੁੰਦਾ ਹਰ ਸਮਾਜ 'ਚ ਹੁੰਦਾ। ਇੱਕ ਜਿਵੇਂ ਜੇ ਆਪਾਂ ਗਾਇਕੀ ਦੀ ਗੱਲ ਕਰੀਏ, ਜਿਸ ਗਾਇਕੀ ਦੀ ਹੁਣ ਅਸੀਂ ਡਿਸਕਸ ਕਰ ਰਹੇ ਹਾਂ ਉਹੀ ਜਿਹੀ ਗਾਇਕੀ, ਇੱਕ ਬੜੀ ਚੰਗੀ ਗਾਇਕੀ ਵੀ ਸਾਡੇ ਇੱਕ ਦੌਰ ਸੀ ਜਿਹੜਾ ਚੱਲਦਾ ਰਿਹਾ, ਨਾਲ ਨਾਲ ਚੱਲਦਾ ਵੀ ਹੁੰਦਾ ਹਮੇਸ਼ਾ। ਤੁਹਾਨੂੰ ਅੱਜ ਪੰਜਾਬੀ 'ਚ ਕੋਈ ਐਸਾ ਦੌਰ ਚੱਲਦਾ ਬਰਾਬਰ ਦਾ ਦਿਖਾਈ ਦਿੰਦਾ ਕੋਈ ਚੰਗੀ ਗਾਇਕੀ ਵਾਲਾ? ਨਹੀਂ, ਬਿਲਕੁਲ ਨਹੀਂ। ਅਸੀਂ ਲੋਕਾਂ ਨੇ ਨਾ, ਦੇਖੋ ਮੈਂ ਅੱਜ ਬਹੁਤ ਕੌੜੀ ਗੱਲ ਕਰਨ ਲੱਗੇ ਹਾਂ, ਅਸੀਂ ਲੋਕਾਂ ਨੇ ਆਪਣੇ ਪੱਧਰ ਨੂੰ ਗਵਾਏ ਦਿੱਤਾ ਜੀ। ਚਾਹੇ ਉਹ ਕਿਸੇ ਲੈਵਲ 'ਤੇ ਗੱਲ ਕਰਦੀ, ਸਾਡੇ ਢਾਡੀ ਕਿੱਥੇ ਗਏ, ਸਾਡੀਆਂ ਬਾਰਾਂ ਜਿਹੜੀਆਂ ਗਾਉਂਦੇ ਹੁੰਦੇ ਸੀ ਉਹ ਕਿੱਥੇ ਗਈਆਂ? ਉਹ ਖਤਮ ਹੋ ਗਈਆਂ। ਕਾਰਨ ਜਿਹੜੇ ਨੂੰ ਬਦੂਖ ਆ ਬੋਲਦੇ ਨੇ, ਨਗੇਜ ਸੁਣ ਕੇ ਸਵਾਦ ਆਉਂਦਾ, ਉਹ ਸੁਣਨੇ ਨਹੀਂ ਜਾਂਦਾ, ਰਹਿੰਦਾ ਖੂੰਦਾ ਕਿਤੇ ਨਾ ਕਿਤੇ। ਜਿਹੜਾ ਹੈਗਾ ਜਿੰਨੀਆਂ ਧਾਰਮਿਕ ਸੰਸਥਾਵਾਂ ਹੈਗੀਆਂ, ਸਭ ਤੋਂ ਵੱਧ ਗੱਲ ਕਰ ਲਓ, ਮੈਂ ਚਲੋ ਗੱਲ ਕਰਦਾ ਹੈਗਾ, ਮੈਂ ਸਿੱਧਾ ਕਹਿੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ, ਦੇਖੋ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਾਂ ਦਸੇ ਗੁਰੂਆਂ ਨੇ ਬਾਣੀ ਲਿਖੀ, ਜਦੋਂ ਉਹਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੰਪਾਈਲ ਕੀਤਾ, ਤਾਂ ਉਸ ਟਾਈਮ 'ਤੇ ਰਾਗਾਂ ਦਾ ਖਾਸ ਖਿਆਲ ਰੱਖਿਆ ਗਿਆ ਜੀ। ਮੈਂ ਅੱਜ ਕੁਐਸਚਨ ਕਰਦਾ, ਉਹ ਰਾਗ ਕਿੱਥੇ ਹੈ? ਕਿੱਥੇ ਹੈ ਉਹ? ਇੱਕ ਵੀ ਰਾਗ ਨਹੀਂ ਹੈ। ਔਰ ਮੇਰਾ ਖਿਆਲ ਆ ਦੋ ਕੁ ਦੀ ਨੌਲੇਜ ਰਹਿ ਗਈ। ਔਰ ਪਿਛਲੇ ਟਾਈਮਾਂ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਭੈਣੀ ਸਾਹਿਬ ਜਿਹੜੇ ਨਾਧਾਰੀ ਸੰਸਥਾ ਹੈ, ਰਾਗ ਤਾਂ ਜੀ ਉੱਥੇ ਰਹਿ ਗਏ, ਪਰ ਗਾਇਨ ਕਰਨ ਵਾਲੇ ਦੇ ਉੱਤੇ ਸਵਾਲ ਕੀਤਾ ਜਾ ਸਕਦਾ? ਮੈਂ ਉਹੀ ਕਹਿੰਦਾ ਨਾ, ਨਹੀਂ ਨਹੀਂ ਉਹਨਾਂ ਦਾ ਗਿਆਨ ਨਹੀਂ ਰਿਹਾ, ਕਿਉਂਕਿ ਉਹਦਾ ਅਧਿਐਨ ਹੈ ਨਹੀਂ। ਅੱਜ ਤੁਸੀਂ ਜਿਹੜਾ ਹੈਗਾ ਯੂਨੀਵਰਸਿਟੀ ਤੱਕ ਸੀਮਿਤ ਰਹਿ ਗਿਆ, ਕਾਲਜ ਯੂਨੀਵਰਸਿਟੀਆਂ 'ਤੇ ਵੀ ਨਹੀਂ ਸੀਮਿਤ ਰਿਹਾ, ਹਰ ਚੀਜ਼ ਦੀ ਦੁਕਾਨਦਾਰੀ ਬਣ ਗਈ। ਮੈਂ ਹੁਣ ਇਹਦਾ ਵੀ ਤੁਹਾਨੂੰ ਜਵਾਬ ਦੇ ਦਿੰਦਾ। ਇੱਕ ਦਿਨ ਇੱਕ ਵਰਲਡ ਸਿੱਖ ਯੂਨੀਵਰਸਿਟੀ ਦੇ ਵਿੱਚ ਮੈਂ ਇੱਕ ਇਸੇ ਮਿਊਜ਼ਿਕ ਦੀ ਇੱਕ ਇੰਟਰਵਿਊ ਚੱਲ ਰਹੀ ਸੀ ਪ੍ਰੋਫੈਸਰ ਰੱਖਣ ਵਾਸਤੇ, ਮੈਂ ਉਹਨਾਂ ਨੂੰ ਇੱਕ ਕੁਐਸਚਨ ਕੀਤਾ ਕਿ ਬੱਚੇ ਤੂੰ ਮਤਲਬ ਕਿੱਥੋਂ ਇਹ ਗਾਇਕੀ ਸਿੱਖੀ ਹੈ? ਉਹ ਜਦੋਂ ਇਹਨਾਂ ਨੂੰ ਹੱਥ ਆਉਂਦੀ ਹੈ ਸਰਾ ਲਾ ਕੇ ਕੰਨਾਂ ਨੂੰ ਹੱਥ, ਉਹ ਫਲਾਣੇ ਘਰਾਣੇ ਨਾਲ ਸੀ ਜੀ।
ਮੈਂ ਕਿਹਾ ਬੇਟਾ ਵੀ ਤੂੰ ਐਮ ਏ ਕਿੱਥੋਂ ਕੀਤੀ? ਕਹਿੰਦਾ ਫਲਾਣੇ ਤਾਂ। ਬੀ ਐਚ ਡੀ ਕਿੱਥੋਂ ਕੀਤੀ? ਫਲਾਣੇ ਤਾਂ ਤੋਂ। ਮੈਂ ਕਿਹਾ ਬੇਟਾ ਅੱਜ ਤੱਕ ਕੋਈ ਯੂਨੀਵਰਸਿਟੀ ਕਰਾਉਣਾ ਹੀ ਨਹੀਂ ਬਣ ਸਕੀ, ਯੂਨੀਵਰਸਿਟੀ ਨੂੰ ਕਰਾਉਣਾ ਨਹੀਂ ਬਣ ਸਕੀ ਕੋਈ। ਮੈਂ ਕਹਿੰਦਾ ਸਤਿੰਦਰ ਸਰਤਾਜ ਵਰਗੇ ਕਦੇ ਪੰਜਾਬ ਯੂਨੀਵਰਸਿਟੀ ਦਾ ਨਾਂ ਨਹੀਂ ਲੈਣਗੇ, ਵੀ ਇਹ ਸਾਡਾ ਕਰਾਉਣਾ ਹੈਗਾ। ਉਹ ਐਂ ਕੰਨਾਂ ਨੂੰ ਹੱਥ ਲਾ ਕੇ ਹੋਰੇ ਪਤਾ ਨਹੀਂ ਬਨਾਰਸ ਪਹੁੰਚ ਜਾਂਦੇ ਹੈਗੇ ਆ। ਸੋ ਇਹ ਕਿੱਥੇ ਕਮੀ ਹੈਗੀ ਆ? ਅਸੀਂ ਖੋਤਾ ਸਾਰਾ ਕੁਛ, ਅਸੀਂ ਸਾਰਾ ਕੁਛ ਭੁੱਲ ਗਏ। ਤੁਹਾਨੂੰ ਕੋਈ ਆਸ ਦੀ ਕਿਰਨ ਦਿਖਾਈ ਦਿੰਦੀ ਹੈ? ਮੈਨੂੰ ਨਹੀਂ ਦਿਖਦੀ ਓਨੈਸਟਲੀ, ਮੈਂ ਤੁਹਾਨੂੰ ਦੱਸਾਂ। ਕਿਉਂਕਿ ਜਿਸ ਯੂਥ ਨੇ ਸੰਭਾਲਣਾ ਸੀ ਉਹ ਜਾਂ ਤਾਂ ਉਹ ਨਸ਼ਿਆਂ ਦੇ ਰਾਹ ਪੈ ਗਈ, ਜਾਂ ਉਹ ਆਪਣੀ ਬੇਰੁਜ਼ਗਾਰੀ, ਆਪਣੀ ਰੋਟੀ ਦੀ ਤਲਾਸ਼ ਦੇ ਵਿੱਚ ਪੈ ਗਈ, ਜਾਂ ਬਾਹਰਲੇ ਮੁਲਕਾਂ ਨੂੰ ਚਲੇ ਗਈ। ਇੱਥੇ ਤੁਹਾਡੇ ਮੇਰੇ ਵਰਗੇ ਜਿਹੜੇ 60 ਦੀ ਸਾਲ ਦੀ ਉਮਰ ਵਾਲੇ ਹੈਗੇ ਆ ਜਾਂ ਉਹਦੇ ਉੱਪਰ ਵਾਲੇ ਹੈਗੇ ਆ, ਉਹ ਬੈਠੇ ਜਿਹੜੇ ਹੈਗੇ ਆ ਇਸ ਤਰ੍ਹਾਂ ਹੱਥ ਕਰਕੇ ਉਹ ਆਸ ਦੀ ਕਿਰਨ ਵੱਲ ਨੂੰ ਚੱਕਦੇ। ਆਖਿਰ ਵਿੱਚ ਤੁਸੀਂ ਕੁਛ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਮੈਂ ਕਹੂੰਗਾ ਕਿ ਜੇ ਸਰਕਾਰਾਂ ਬਣਦੀਆਂ, ਜੇ ਮੰਤਰਾਲੇ ਬਣਦੇ ਆ, ਤਾਂ ਹਰ ਮੰਤਰਾਲੇ ਦਾ ਜਿਹੜਾ ਹੈਗਾ ਜੋ ਸਹੀ ਰੋਲ ਹੈਗਾ ਉਸ ਨੂੰ ਨਿਭਾਉਣਾ ਚਾਹੀਦਾ, ਪੋਸੀਬਲੀ ਨਿਭਾਉਣਾ ਚਾਹੀਦਾ, ਨਾ ਕਿ ਜਿਹੜੀ ਗੱਲ ਆਵੇ ਉਸ ਦੇ ਵਿੱਚ ਅੜਿੱਕਾ ਪਾ ਕੇ ਚੱਲਦੇ ਕੰਮ ਨੂੰ ਰੋਕਿਆ ਜਾਵੇ। ਜਿਹੜਾ ਕੰਮ ਕਰਨਾ ਸਹੀ ਪੱਧਰ 'ਤੇ ਹੋਵੇ, ਚਾਹੇ ਥੋੜ੍ਹਾ ਹੋਵੇ ਛੋਟਾ ਹੋਵੇ, ਸੱਭਿਆਚਾਰ ਦੇ ਮਾਮਲੇ 'ਚ। ਦੋਸਤੋ, ਇਹ ਸਨ ਸਰਦਾਰ ਅਮਰਦੀਪ ਸਿੰਘ ਧਾਰਨੀ, ਜਿਹਨੇ ਬੜੀਆਂ ਖਰੀਆਂ ਖਰੀਆਂ ਕਹੀਆਂ। ਇਸ ਨਾਲ ਸਭ ਦਾ ਧੰਨਵਾਦ, ਸਤਿ ਸ਼੍ਰੀ ਅਕਾਲ।